ਅਸਲਾਮੁ ਅਲੈਕੁਮ। ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਸਿੱਖ ਸਰਦਾਰ ਰਹਿੰਦੇ ਨੇ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਆਪਣੇ ਪੰਜਾਬੀ ਵੀਰ ਨੇ, ਸਿੱਖ ਸਰਦਾਰ ਨੇ ਪੈਰਿਸ ਦੇ ਵਿੱਚ ਗੋਲਡ ਮੈਡਲ ਜਿੱਤਿਆ ਹੈ। ਖੈਰ, ਪਹਿਲਾਂ ਤੇ ਆਪਾਂ ਵੀਡੀਓ ਦੇਖ ਲੈਂਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਗੋ ਕਿਸਾਨ ਦੇ ਪੁੱਤ ਨੇ ਗੱਡੇ ਝੰਡੇ, ਪੈਰਾਲੰਪਿਕ ਚ ਹਰਵਿੰਦਰ ਸਿੰਘ ਨੇ ਕੀਤਾ ਕਮਾਲ, ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ, ਇੱਕ ਇੰਜੈਕਸ਼ਨ ਨੇ ਬਦਲ ਦਿੱਤੀ ਹਮੇਸ਼ਾ ਲਈ ਜ਼ਿੰਦਗੀ। ਪੈਰਿਸ ਪੈਰਾਲੰਪਿਕ ਚ ਭਾਰਤੀ ਐਥਲੀਟਾਂ ਦਾ ਜਲਵਾ ਜਾਰੀ ਹੈ। ਤੀਰ ਅੰਦਾਜ਼ ਹਰਵਿੰਦਰ ਸਿੰਘ ਨੇ ਕਮਾਲ ਕਰ ਦਿੱਤਾ। ਪੂਰੇ ਭਾਰਤ ਨੂੰ ਇਸ ਪੁੱਤ ਤੇ ਮਾਣ ਮਹਿਸੂਸ ਹੋ ਰਿਹਾ, ਕਿਉਂਕਿ ਪੈਰਾਲੰਪਿਕ ਦੇ ਇਤਿਹਾਸ ਚ ਪਹਿਲੀ ਵਾਰ ਤੀਰ ਅੰਦਾਜ਼ੀ ਚ ਕਿਸੇ ਭਾਰਤੀ ਨੇ ਗੋਲਡ ਮੈਡਲ ਜਿੱਤਿਆ। ਹਰਵਿੰਦਰ ਸਿੰਘ ਨੇ ਪੁਰਸ਼ਾਂ ਦੇ ਰਿਕਰਵ ਫਾਈਨਲ ਚ ਪੋਲੈਂਡ ਦੇ ਲੁਕਾਸ ਸਿਜ਼ੇਕ ਨੂੰ 6-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਹਰਵਿੰਦਰ ਲਈ ਇਸ ਅਹੁਦੇ ਤੱਕ ਪਹੁੰਚਣਾ ਆਸਾਨ ਨਹੀਂ ਸੀ। ਗੋਲਡ ਮੈਡਲ ਜਿੱਤਣ ਦੇ 20 ਦਿਨ ਪਹਿਲਾਂ ਹੀ ਹਰਵਿੰਦਰ ਸਿੰਘ ਦੀ ਮਾਂ ਜਹਾਨੋਂ ਤੁਰ ਗਈ। ਮੈਡਲ ਜਿੱਤਣ ਮਗਰੋਂ ਹਰਵਿੰਦਰ ਸਿੰਘ ਵੀ ਭਾਵੁਕ ਹੁੰਦੇ ਹੋਏ ਨਜ਼ਰ ਆਏ, ਜਿੱਥੇ ਉਹਨਾਂ ਨੇ ਕਿਹਾ, ਮੈਂ ਆਪਣੀ ਮਾਂ ਸਮੇਤ ਜ਼ਿੰਦਗੀ 'ਚ ਬਹੁਤ ਕੁਝ ਗਵਾਇਆ, ਇਸ ਲਈ ਮੈਨੂੰ ਇਹ ਸੋਨ ਤਗਮਾ ਮਿਹਨਤ ਅਤੇ ਮਾਂ ਦੇ ਆਸ਼ੀਰਵਾਦ ਨਾਲ ਮਿਲਿਆ। ਪਰ ਇਸ ਪੁੱਤ ਨੂੰ ਪੀਐਮ ਮੋਦੀ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ, ਸ਼ਲਾਘਾ ਕੀਤੀ ਅਤੇ ਪੂਰੇ ਭਾਰਤ ਨੂੰ ਇਸ ਪੁੱਤ ਤੇ ਮਾਣ ਹੈ। ਹੁਣ ਦੱਸਦੇ ਹਾਂ ਕਿ ਆਖਰ ਕੌਣ ਹੈ ਹਰਵਿੰਦਰ ਸਿੰਘ। ਹਰਵਿੰਦਰ ਸਿੰਘ ਹਰਿਆਣਾ ਦਾ ਰਹਿਣ ਵਾਲਾ ਹੈ, ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਬਚਪਨ 'ਚ ਇੱਕ ਇੰਜੈਕਸ਼ਨ ਨੇ ਹਰਵਿੰਦਰ ਸਿੰਘ ਦੀ ਹਮੇਸ਼ਾ ਲਈ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਮਹਿਜ 1.5 ਸਾਲ ਦੀ ਉਮਰ ਦੇ ਵਿੱਚ ਹਰਵਿੰਦਰ ਸਿੰਘ ਨੂੰ ਡੇਂਗੂ ਹੋਇਆ। ਜਦੋਂ ਇਲਾਜ ਲਈ ਉਹਨਾਂ ਨੂੰ ਟੀਕੇ ਲਾਏ ਗਏ ਤਾਂ ਬਦਕਿਸਮਤੀ ਨਾਲ ਇਹਨਾਂ ਟੀਕਿਆਂ ਦੇ ਮਾੜੇ ਪ੍ਰਭਾਵਾਂ ਕਰਕੇ ਉਹਨਾਂ ਦੀ ਲੱਤਾਂ ਦੀ ਤਾਕਤ ਜੋ ਆਮ ਇਨਸਾਨਾਂ ਦੀ ਹੁੰਦੀ ਹੈ ਉਹ ਨਹੀਂ ਰਹੀ। ਸ਼ੁਰੂਆਤੀ ਚੁਣੌਤੀਆਂ ਦੇ ਬਾਵਜੂਦ ਉਸਨੇ ਤੀਰ ਅੰਦਾਜ਼ੀ ਜਾਰੀ ਰੱਖੀ ਅਤੇ 2017 ਪੈਰਾ ਤੀਰ ਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ 'ਚ ਡੈਬਿਊ ਕਰਕੇ 7ਵਾਂ ਸਥਾਨ ਹਾਸਲ ਕੀਤਾ। ਹਰਵਿੰਦਰ ਸਿੰਘ ਦੇ ਇਸ ਸੰਘਰਸ਼ 'ਚ ਉਹਨਾਂ ਦੇ ਪਿਤਾ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ। ਕੋਰੋਨਾ ਵਾਇਰਸ ਦੇ ਦੌਰਾਨ ਜਦੋਂ ਲੋਕਡਾਊਨ ਹੋਇਆ ਤਾਂ ਉਹਨਾਂ ਦੇ ਪਿਤਾ ਨੇ ਆਪਣੇ ਖੇਤਾਂ ਨੂੰ ਇੱਕ ਤੀਰ ਅੰਦਾਜ਼ੀ ਰੇਂਜ 'ਚ ਤਬਦੀਲ ਕਰ ਦਿੱਤਾ ਤਾਂ ਜੋ ਉਹਨਾਂ ਦਾ ਪੁੱਤ ਪ੍ਰੈਕਟਿਸ ਕਰ ਸਕੇ। ਜੇਕਰ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਹਰਵਿੰਦਰ ਸਿੰਘ ਤੀਰਅੰਦਾਜ਼ੀ ਦੇ ਨਾਲ ਨਾਲ ਅਰਥ ਸ਼ਾਸਤਰ 'ਚ PhD ਦੀ ਡਿਗਰੀ ਵੀ ਕਰ ਰਹੇ ਨੇ। ਕਹਿੰਦੇ ਨੇ ਨਾ, ਜਦੋਂ ਹਿੰਮਤ ਤੇ ਜਨੂੰਨ ਹੋਵੇ ਤਾਂ ਕੋਈ ਚੀਜ਼ ਨਾਮੁਮਕਿਨ ਨਹੀਂ ਹੁੰਦੀ। ਹਰਵਿੰਦਰ ਸਿੰਘ ਨੇ ਆਪਣੀ ਜਿੱਤ ਨਾਲ ਪੂਰੀ ਦੁਨੀਆ 'ਚ ਭਾਰਤ ਦਾ ਪਰਚਮ ਲਹਿਰਾ ਦਿੱਤਾ। ਸਭ ਤੋਂ ਪਹਿਲਾਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਸਿੱਖ ਸਰਦਾਰ ਮੌਜੂਦ ਨੇ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਕਿ ਸਾਡੇ ਸਿੱਖ ਸਰਦਾਰ ਵੀਰ ਨੇ, ਪੰਜਾਬੀ ਵੀਰ ਨੇ ਗੋਲਡ ਮੈਡਲ ਜਿੱਤ ਲਿਆ। ਔਰ ਇਹਨਾਂ ਕੋਲੋਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ। ਜਿਸ ਤਰ੍ਹਾਂ ਕਿ ਵੀਡੀਓ ਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਨੂੰ ਬਚਪਨ ਦੇ ਵਿੱਚ ਇੱਕ ਟੀਕਾ ਲਗਾਇਆ ਗਿਆ, ਉਸ ਟੀਕੇ ਦੇ ਅਸਰਾਂ ਦੇ ਨਾਲ ਇਹਨਾਂ ਦੀਆਂ ਲੱਤਾਂ ਨੇ ਕੰਮ ਕਰਨਾ ਛੱਡ ਦਿੱਤਾ। ਯਾਨੀ ਕਿ ਆਮ ਨੋਰਮਲ ਬੰਦੇ ਦੀਆਂ ਲੱਤਾਂ ਜਿੰਝ ਕੰਮ ਕਰਦੀਆਂ ਹੈ, ਉਸ ਤਰ੍ਹਾਂ ਇਹਨਾਂ ਦੀਆਂ ਲੱਤਾਂ ਕੰਮ ਨਹੀਂ ਸੀ ਕਰਦੀਆਂ। ਇਸ ਮਜ਼ਦੂਰੀ ਤੋਂ ਬਾਵਜੂਦ ਉਹਨਾਂ ਨੇ ਫਿਰ ਵੀ ਤੀਰ ਅੰਦਾਜ਼ੀ ਦੇ ਵਿੱਚ ਹਿੱਸਾ ਲਿਆ, ਹਿੱਸਾ ਲੈ ਕੇ ਗੋਲਡ ਮੈਡਲ ਜਿੱਤਿਆ। ਤੇ ਇੱਕ ਛੋਟੀ ਜੀ ਗੱਲ ਨਹੀਂ ਆ, ਬਹੁਤ ਵੱਡੀ ਗੱਲ ਹੈ। ਸਾਨੂੰ ਇੱਥੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਕਿ ਜ਼ਿੰਦਗੀ ਦੇ ਵਿੱਚ ਕਦੇ ਮੁਸ਼ਕਲ ਹਾਲਾਤ ਵੀ ਆ ਜਾਣ ਤੇ ਸਾਨੂੰ ਆਪਣੇ ਮਕਸਦ ਨੂੰ ਨਹੀਂ ਭੁੱਲਣਾ ਚਾਹੀਦਾ। ਅਗਰ ਅਸੀਂ ਆਪਣੇ ਮਕਸਦ ਦੇ ਉੱਤੇ ਡਟੇ ਰਹਿੰਦੇ ਹਾਂ, ਲਗਾਤਾਰ ਮਿਹਨਤ ਕਰਦੇ ਰਹਿੰਦੇ ਹਾਂ, ਤੇ ਅਸੀਂ ਆਪਣਾ ਗੋਲ, ਆਪਣਾ ਮਕਸਦ ਜਿਹੜਾ ਹੈ ਉਹ ਅਚੀਵ ਕਰ ਸਕਦੇ ਹਾਂ। ਤੇ ਦੇਖੋ ਜੀ, ਅਰਵਿੰਦਰ ਸਿੰਘ ਲੱਤਾਂ ਦੀ ਮਜ਼ਦੂਰੀ ਤੋਂ ਬਾਵਜੂਦ ਮਿਹਨਤ ਕਰਦੇ ਰਹੇ, ਅੱਗੇ ਵੱਧਦੇ ਰਹੇ, ਹਾਰਡ ਵਰਕ ਕਰਦੇ ਰਹੇ,
ਤੇ ਅੱਜ ਆਪਣਾ ਗੋਲ ਅਚੀਵ ਕਰ ਲਿਆ। ਅੱਜ ਉਹਨਾਂ ਨੇ ਗੋਲਡ ਮੈਡਲ ਜਿੱਤ ਲਿਆ। ਔਰ ਵੀਡੀਓ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਦੋਂ ਉਹ ਗੋਲਡ ਮੈਡਲ ਦਾ ਮੁਕਾਬਲਾ ਖੇਲਣ ਜਾ ਰਹੇ ਸੀ, ਉਸ ਤੋਂ 20 ਦਿਨ ਪਹਿਲਾਂ ਉਹਨਾਂ ਦੀ ਮਾਂ ਜੀ ਜਿਹੜੀ ਹੈ ਉਹਨਾਂ ਦੀ ਡੈਥ ਹੋ ਗਈ। ਔਰ ਇਹ ਮੇਰਾ ਖਿਆਲ ਸਭ ਤੋਂ ਵੱਡੀ ਦੁੱਖ ਦੀ ਘੜੀ ਸੀ, ਸਭ ਤੋਂ ਵੱਡੀ ਦੁੱਖ ਦੀ ਘੜੀ ਸੀ ਕਿ ਮਾਂ ਪਿਓ ਚਲਾ ਜਾਵੇ ਤੇ ਜ਼ਿੰਦਗੀ ਦੁਨੀਆ ਹੀ ਖਤਮ ਹੋ ਜਾਂਦੀ ਹੈ। ਦੁਨੀਆ ਖਤਮ ਹੋਣ ਤੋਂ ਬਾਵਜੂਦ ਉਹ ਆਪਣੇ ਮਕਸਦ ਲਈ ਵੱਧਦੇ ਰਹੇ, ਆਪਣੇ ਗੋਲ ਲਈ ਵੱਧਦੇ ਰਹੇ, ਆਪਣੀ ਮਾਂ ਦੀਆਂ ਜਿਹੜੀਆਂ ਮਿਹਨਤਾਂ ਸੀ ਉਹਨੂੰ ਰੰਗ ਲਿਆਂਦਾ। ਦੇਖੋ ਬਾਕੀ ਮੈਂ ਲੈਂਦੇ ਪੰਜਾਬ ਵੱਲੋਂ ਆਪਣੇ ਵੀਰ ਅਰਵਿੰਦਰ ਸਿੰਘ ਜੀ ਨੂੰ ਮੈਂ ਕਹਿਣਾ ਚਾਹਾਂਗਾ ਕਿ ਆਪ ਜੀ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਕਿ ਆਪ ਜੀ ਨੇ ਗੋਲਡ ਮੈਡਲ ਜਿੱਤਿਆ। ਬਾਕੀ ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪ ਜੀ ਨੂੰ ਦੱਸ ਦਿੱਤਾ ਹੈ, ਜੋ ਆਪ ਜੀ ਨੂੰ ਲੱਗਦਾ ਹੈ ਉਹ ਆਪ ਜੀ ਨੇ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣਾ ਅਤੇ ਇਸ ਮੇਰੀ ਅੱਜ ਦੀ ਵੀਡੀਓ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।